ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਦੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਮੌਸਮ ਦੀ ਗੱਲ ਕਰਾਂਗੇ ਅੱਜ 15 ਜੂਨ ਰਾਤ ਦੀ ਅਪਡੇਟ ਸ਼ਾਮ ਦੇ ਲਗਭਗ 8 ਵਜੇ ਤੋਂ ਲੈ ਕੇ ਕੱਲ੍ਹ ਸਵੇਰ ਤੱਕ ਦੀ ਕੀ ਮੌਸਮੀ ਹਾਲਚਾਲ ਹੈ। ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ, ਪੰਜਾਬ ਦਾ ਮੌਸਮ ਸਾਫ਼ ਹੈ ਪਰ ਪੱਛਮੀ ਪਾਸਿਓਂ ਕੁਝ ਛੋਟੇ ਮੋਟੇ ਟੁੱਟਵੇਂ ਬੱਦਲੀ ਸਿਸਟਮ ਨੇ, ਜਿਵੇਂ ਕਿ ਦੇਖ ਰਹੇ ਹਾਂ ਲਹਿੰਦੇ ਪੰਜਾਬ ਦੇ ਆਸ ਪਾਸ ਜਾਂ ਪਾਕਿਸਤਾਨ ਦੇ ਹਿੱਸਿਆਂ ਦੇ ਵਿੱਚ। ਇਹ ਟੁੱਟਵੀਂ ਬੱਦਲਬਾਈ ਹੈ ਜਿਹੜੀ ਲਗਭਗ ਪਿਛਲੇ 2-3 ਦਿਨਾਂ ਤੋਂ ਹਰ ਰੋਜ਼ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਬਣਦੀ ਹੈ। ਹਾਲਾਂਕਿ ਇਹ ਬੱਦਲਾਂ ਦਾ ਜਿਹੜਾ ਦਾਇਰਾ ਛੋਟਾ ਹੁੰਦਾ ਹੈ, ਇਹਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਾਲਾ ਜਿਹੜਾ ਕਹਿ ਦਈਏ ਜ਼ੋਰ ਆ ਘੱਟ ਹੁੰਦਾ ਹੈ, ਕਿਉਂਕਿ ਖਾਸ ਹਜੇ ਕੋਈ ਮੋਇਸਚਰ ਨਹੀਂ ਬਣ ਰਿਹਾ। ਸੋ ਜਿਸ ਕਰਕੇ ਕੋਈ ਵੱਡੇ ਤਕੜੇ ਬੱਦਲ ਨਹੀਂ ਬਣ ਰਹੇ ਜਿੰਨਾ ਚੱਲਦੇ ਕੋਈ ਮੌਸਮੀ ਵੱਡੀ ਹਲਚਲ ਹੋਵੇ। ਇਹ ਬੱਦਲੀ ਸਿਸਟਮ ਜ਼ਰੂਰ ਕੁਝ ਛੋਟੀ ਮੋਟੀਆਂ ਕਾਰਵਾਈਆਂ ਕਰਦੇ ਨੇ ਪਰ ਪੰਜਾਬ ਤੱਕ ਪਹੁੰਚਣ ਦੇ ਸਮੇਂ ਤੱਕ ਇਹ ਕਮਜ਼ੋਰ ਹੋ ਜਾਂਦੇ ਨੇ, ਜਾਂ ਫਿਰ ਕਹਿ ਦਈਏ ਵੀ ਇਹਨਾਂ ਦਾ ਜਿਹੜਾ ਮੀਂਹ ਪਵਾਉਣ ਦਾ ਜ਼ੋਰ ਆ ਖਤਮ ਹੋ ਜਾਂਦਾ ਹੈ। ਅਤੇ ਜਿਹੜੇ ਅੱਜ ਬੱਦਲ ਬਣੇ ਨੇ, ਜਿਹੜਾ ਕਿ ਆਉਂਦੇ ਘੰਟੇ ਦੇ ਵਿੱਚ ਮੁਲਤਾਨ ਤੋਂ ਹੁੰਦਾ ਹੋਇਆ ਪੰਜਾਬ ਦੇ ਕੁਝ ਦੱਖਣ ਪੱਛਮੀ ਹਿੱਸੇ ਜਿਹੜੇ ਹਰਿਆਣਾ ਰਾਜਸਥਾਨ ਦੇ ਨੇੜੇ ਪੈਂਦੇ ਨੇ, ਸਾਂਝੇ ਖੇਤਰ ਜਿਹੜੇ 2-4 ਜ਼ਿਲ੍ਹੇ ਜਿਵੇਂ ਫਾਜ਼ਿਲਕਾ, ਮੁਕਤਸਰ ਸਾਹਿਬ, ਫਿਰੋਜ਼ਪੁਰ, ਆਪਣੇ ਫਰੀਦਕੋਟ ਦੇ ਹਿੱਸੇ ਹੋ ਗਏ। ਸੋ ਇਹਨਾਂ ਅਤੇ ਬਾਕੀ ਲਾਗਪਾਤ ਦੇ ਹਿੱਸਿਆਂ ਵਿੱਚ ਥੋੜ੍ਹੀ ਬਹੁਤ ਬੱਦਲਬਾਈ ਆਉਂਦੇ 2-4 ਘੰਟਿਆਂ ਬਾਅਦ, ਯਾਨੀ ਕਿ ਅੱਧੀ ਰਾਤ ਦੇ ਆਸ ਪਾਸ ਦੇਖਣ ਨੂੰ ਮਿਲ ਸਕਦੀ ਹੈ, 10-11-12 ਵਜੇ ਦੇ ਕਰੀਬ। ਥੋੜ੍ਹਾ ਬਹੁਤ ਹਵਾਵਾਂ ਦਾ ਹਲਕਾ ਫੁਲਕਾ ਫੇਰ ਬਦਲ ਹੋ ਸਕਦਾ, ਤੇਜ਼ ਹਵਾਵਾਂ ਵਗ ਸਕਦੀਆਂ ਨੇ, 1-2 ਹਿੱਸਿਆਂ ਵਿੱਚ ਥੋੜ੍ਹੀ ਬਹੁਤ ਗਰਜ ਚਮਕ ਹੋ ਸਕਦੀ ਹੈ। ਮੀਂਹ ਦੀ ਸੰਭਾਵਨਾ ਘੱਟ ਹੈ ਪਰ ਥੋੜ੍ਹੇ ਮੋੜੇ ਹੋ ਸਕਦਾ ਕਿ ਛਰਾਟੇ ਛਿੱਟੇ ਮੀਂਹ ਦੇ ਕਿਣ ਮਿਣ ਹੋ ਸਕਦੀ ਹੈ। ਸੋ ਅਜਿਹੀ ਹਾਲਚਾਲ ਇਹਨਾਂ ਕੁਝ ਖਾਸ ਛੋਟੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਉਸ ਤੋਂ ਬਿਨਾਂ ਬਾਕੀ ਫਿਲਹਾਲ ਪੰਜਾਬ ਦਾ ਮੌਸਮ ਠੀਕ ਠਾਕ ਹੀ ਰਹੂਗਾ। ਅਤੇ ਰਾਤ ਦੇ ਟੈਂਪਰੇਚਰ ਹੁਣ 30 ਡਿਗਰੀ ਤੋਂ ਪਲੱਸ ਜਾਣਾ ਸ਼ੁਰੂ ਹੋ ਗਏ ਨੇ, 31-32 ਡਿਗਰੀ ਦਾ ਟੈਂਪਰੇਚਰ ਆ ਘੱਟੋ ਘੱਟ ਰਾਤ ਦਾ, ਸਵੇਰ ਤੜਕੇ ਸਮੇਂ ਦੇ ਆਸ ਪਾਸ ਦਰਜ ਕੀਤਾ ਜਾਂਦਾ ਹੈ। ਬਾਕੀ ਜਿਹੜੀ ਅਗਲੀ ਅਪਡੇਟ ਆ ਅਗਲੇ ਲਗਭਗ 5-4 ਦਿਨਾਂ ਦੀ ਅਪਡੇਟ ਕੱਲ੍ਹ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ।